ਗਰੰਟਾਂ ਵੰਡੀਆਂ ਜਾਂਦੀਆਂ ਨੇ ਪਰ ਜੈਤੋ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵਿੱਚ ਗਰੰਟ ਦੀ ਵੰਡ ਨੂੰ ਲੈ ਕੇ ਕਲੇਸ਼ ਛਿੜ ਗਿਆ। ਦਰਅਸਲ ਪੰਜਾਬ ਕਾਂਗਰਸ ਦੀ ਕਮੇਟੀ ਦੇ ਸਕੱਤਰ ਨੇ ਸਤਪਾਲ ਡੋਡ ਉਹਨਾਂ ਦਾ ਕਹਿਣਾ ਹੈ ਕਿ ਜੈਤੋ ਹਲਕੇ ਦੇ ਵਿਕਾਸ ਦੇ ਲਈ 3 ਕਰੋੜ ਰੁਪਏ ਦੀ ਗਰੰਟ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਸੀ ਅਤੇ ਇਸ ਗਰੰਟ ਦੇ ਨਾਲ ਸਥਾਨਕ ਅੰਬੈਸਡਰ ਜੋ ਭਵਨ ਬਣਾਇਆ ਗਿਆ ਤੇ ਨਾਲ ਹੀ ਖੇਡ ਸਟੇਡੀਅਮ ਅਤੇ ਸੀਵਰੇਜ ਨਿਕਾਸੀ ਦੇ ਪ੍ਰਬੰਧ ਠੀਕ ਕੀਤੇ ਜਾਣੇ ਸੀ। ਪਰ ਡੋਡ ਦਾ ਕਹਿਣਾ ਹੈ ਕਿ ਜੈਤੋ 'ਚ ਗਰੰਟਾਂ ਨੂੰ ਲੈ ਕੇ ਜੋ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਸਮੂਹ ਕਾਂਗਰਸੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੇ ਨਾਲ ਹੀ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਉਹਨਾਂ ਦੇ ਹਲਕੇ 'ਚ ਦਾਖਲ ਹੋਣ ਦੇ ਇਲਜ਼ਾਮ ਵੀ ਲਗਾਏ ਗਏ। ਜੈਤੋ ਦਾ ਜਿਹੜਾ ਪਾਣੀ ਖੜਾ ਰਹਿੰਦਾ ਸੀ ਬਦਬੂਦਾਰ ਉਹਦੇ ਵਾਸਤੇ ਅਸੀਂ ਇੱਕ ਜਨਰੇਟਰ ਪਾਸ ਕਰਵਾਇਆ ਸੀ। ਉਹ ਜਨਰੇਟਰ ਦੇ ਪੈਸੇ, ਸੀਵਰੇਜ ਦੇ ਪੈਸੇ, ਅੰਬੇਦਕਰ ਭਵਨ ਦੇ ਪੈਸੇ ਔਰ ਜਿਹੜੇ ਸਾਡੇ ਸਟੇਡੀਅਮ ਦੇ ਪੈਸੇ ਹੈ ਉਹ ਇੱਥੋਂ ਸ਼ਿਫਟ ਕਰ ਦਿੱਤੇ ਗਏ ਆ ਫਰੀਦਕੋਟ। ਕਿਉਂ? ਅਸੀਂ ਚੰਨੀ ਸਾਹਿਬ ਨੂੰ ਪੁੱਛਦੇ ਹਾਂ ਵੀ ਚੰਨੀ ਸਾਹਿਬ ਖੁਦ ਰਿਜ਼ਰਵ ਕੋਟੇ ਦੇ ਵਿੱਚ ਹੈ, ਉਹਨਾਂ ਦੀ ਕੰਸਟੀਚੁਐਂਸੀ ਰਿਜ਼ਰਵ ਹੈ। ਜੇ ਉਹਨਾਂ ਨੇ ਰਿਜ਼ਰਵ ਕੋਟੇ ਵਾਲਿਆਂ ਦੇ ਪੈਸੇ ਕੱਟਣੇ ਹੈ ਤਾਂ ਕਿਉਂ ਕੱਟਦੇ ਆ? ਸਾਨੂੰ ਇਹ ਪਤਾ ਲੱਗਿਆ ਵੀ ਜੈਤੋ ਦਾ ਜਿਹੜਾ 3 ਕਰੋੜ ਰੁਪਇਆ ਕੱਟ ਕੇ ਹੈ ਉਹ ਫਰੀਦਕੋਟ ਚਲਿਆ ਗਿਆ। ਅਸੀਂ ਇਸ ਗੱਲ 'ਤੇ ਰੋਸ ਜ਼ਾਹਰ ਕਰਦੇ ਹਾਂ ਔਰ ਇਹ ਪੈਸੇ ਕੱਟੇ ਨਹੀਂ ਜਾਣੇ ਚਾਹੀਦੇ। ਅਗਰ ਜੇ ਪੈਸੇ ਕੱਟ ਲਏ ਤਾਂ ਅਸੀਂ ਅੰਬੇਦਕਰ ਬਸਤੀਆਂ ਜਾਂ ਹਰੀਜਨ ਬਸਤੀਆਂ 'ਚ ਅਸੀਂ ਵੋਟਾਂ ਮੰਗ